ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਸਵਾਗਤ ਖਬਰਾਂ ਦੇ سلسلے ਨੂੰ ਤੋੜਦੇ ਹਾਂ ਅੱਗੇ ਲੁਧਿਆਣਾ ਦੇ ਕੋਰਟ ਕੰਪਲੈਕਸ 'ਚ ਦੋ ਤਿਰਾਂ ਦਰਮਿਆਨ ਗੋਲੀਬਾਰੀ ਹੋ ਗਈ ਜੀ ਹਾਂ ਕੋਰਟ ਕੰਪਲੈਕਸ ਦੇ ਅੰਦਰ ਆ ਗੋਲੀਬਾਰੀ ਪੁਲਿਸ ਨੇ ਗੋਲੀਬਾਰੀ ਮਾਮਲੇ 'ਚ ਦੋ ਮੁਲਜ਼ਮਾਂ ਨੂੰ ਹਿਰਾਸਤ 'ਚ ਲੈ ਲਿਆ ਗੋਲੀਬਾਰੀ 'ਚ ਇੱਕ ਨੌਜਵਾਨ ਜ਼ਖਮੀ ਹੋਇਆ ਪੁਲਿਸ ਨੇ ਕਾਰਤੂਸਾਂ ਦੇ ਦੋ ਖੋਲ ਬਰਾਮਦ ਕਰ ਰਹੇ ਨੇ ਇੱਕ ਸ਼ਖਸ ਨੂੰ ਪੁਲਿਸ ਨੇ ਮੌਕੇ ਤੋਂ ਹਿਰਾਸਤ ਦੇ ਵਿੱਚ ਵੀ ਲੈ ਲਿਆ ਤੋ ਵਾਕਈ ਹੌਸਲਾ ਵੱਧਾ ਜਾ ਰਿਹਾ ਹੈ ਜਿਹੇ ਸ਼ਰਾਰਤੀ ਅਜਿਹੇ ਮੁਲਜ਼ਮਾਂ ਦਾ ਅਜਿਹੇ ਬੜਾ ਮਸ਼ਾਅੱਲਾ ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਅੰਦਰ ਹੀ ਦੋ ਤਰ੍ਹਾਂ ਦਰਮਿਆਨ ਗੋਲੀਆਂ ਚੱਲ ਗਈਆਂ ਦੋ ਮੁਲਜ਼ਮ ਫਿਲਹਾਲ ਪੁਲਿਸ ਦੀ ਗ੍ਰਿਫਤ ਦੇ ਦੱਸੇ ਜਾ ਰਹੇ ਨੇ ਕਾਰਤੂਸਾਂ ਦੇ ਦੋ ਖੋਲ ਮਿਲੇ ਨੇ ਇੱਕ ਸ਼ਖਸ ਨੂੰ ਪੁਲਿਸ ਨੇ ਮੌਕੇ ਤੋਂ ਹੀ ਰਾਸਤ ਦੇ ਵਿੱਚ ਲੈ ਲਿਆ ਤਾਂ ਤਸਵੀਰਾਂ ਤੁਸੀਂ ਵੇਖ ਪਾਰ ਲੁਧਿਆਣਾ ਕੋਰਟ ਕੰਪਲੈਕਸ ਦੀਆਂ ਜਿੱਥੇ ਵਕੀਲ ਹੁੰਦੇ ਨੇ ਜਿੱਥੇ ਜੱਜ ਹੁੰਦੇ ਨੇ ਜਿੱਥੇ ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਹੁੰਦੀ ਹੈ ਉੱਥੇ ਆਖਰਕਾਰ ਪਿਸਤੌਲਾਂ ਲੈ ਕੇ ਕਿਵੇਂ ਪਹੁੰਚ ਜਾਂਦੇ ਨੇ ਮੁਲਜ਼ਮ ਤੇ ਆਖਰਕਾਰ ਉਹਨਾਂ ਦੇ ਹੌਸਲੇ ਇੰਨੇ بلند ਕਿਵੇਂ ਹੋ ਜਾਂਦੇ ਨੇ ਕਿ ਕੋਰਟ ਕੰਪਲੈਕਸ ਦੇ ਅੰਦਰ ਗੋਲੀਆਂ ਚਲਾ ਦੇਣ ਵਾਕਿਆཅੀ ਸੋਚਣ ਦਾ ਇਹ ਵਿਸ਼ਾ ਫਿਲਹਾਲ ਦੋ ਮੁਲਜ਼ਮ ਪੁਲਿਸ ਦੇ ਹਿੱਕੇ ਛੱਡ ਚੁੱਕੇ ਨੇ ਤੇ ਗੋਲੀਆਂ ਦੇ ਦੋ ਖੋਲ ਵੀ ਬਰਾਮਦ ਕਰ ਲਏ ਗਏ ਨੇ ਮੌਕਾ ਹੈ ਵਾਰਦਾਤ ਤੋਂ

ਪੁਲਿਸ ਨੂੰ ਤੁਸੀਂ ਸੁਣਿਆ ਪੁਲਿਸ ਦਾ ਕਹਿਣਾ ਹੈ ਕਿ ਦੋ ਮੁਲਜ਼ਮ ਜੜ ਕੀ ਗਵਾਹੀ ਦੇਣ ਦੇ ਲਈ ਇੱਥੇ ਆਏ ਸੀ ਆਖਰਕਾਰ ਉਹਨਾਂ ਦੇ ਵਿੱਚ ਤਕਰਾਰ ਹੋਈ ਤੇ ਫਿਰ ਗੋਲੀਆਂ ਚੱਲੀਆਂ ਤਸਵੀਰ ਨੂੰ ਪੁਲਿਸ ਦੀ ਸੁਰੱਖਿਆ ਤੇ ਸਵਾਲ ਉੱਠਦੇ ਨੇ ਕਿ ਨਹੀਂ ਉੱਠਦੇ ਜੈਸਾ ਹਾਕਮ ਹੋਊਗਾ ਉਹ ਹੈ ਜੀ ਪੁਲਿਸ ਹੋਊਗੀ ਪੁਲਿਸ ਤਾਂ ਉਹੀ ਹੈ ਪੁਲਿਸ ਅੱਗੇ ਸਟ੍ਰੈਸਡ ਹੈ ਕਾਲਾਥੇ ਲੈਨ ਆਲਾਕੇ ਖੜੇ ਕਿਤੇ ਸੀ ਰਾਤ ਤੱਕ ਭਗਵੰਤ ਮਾਨ ਜੀ ਦੀ ਰਾਖੀ ਦੇ ਲਈ ਸਿਵਲ ਹਸਪਤਾਲ ਚੋ ਵੀ ਆ ਗਏ ਸੀ ਕਿੰਨਾ ਨਾ ਨਚੋੜ ਲੋਂਗੇ ਪੁਲਿਸ ਵਾਲਿਆਂ ਨੂੰ ਕਿ ਸਦ ਤੱਕ ਤੁਸੀਂ ਪੁਲਿਸ ਨੂੰ ਤੰਗ ਕਰੋਗੇ ਇੱਕ ਥਾਣੇ ਚ ਬੰਦੇ ਦੱਸੋ ਕਿੰਨੇ ਆ ਨਾ ਕੋਲ ਵਾਏ ਉਹ ਬੰਦੇ ਪੂਰੇ ਪ੍ਰੋਵਾਈਡ ਨਹੀਂ ਹੁੰਦੇ ਤੁਸੀਂ ਮੈਂ ਤਾਂ ਹੈਰਾਨ ਐ ਜਿੰਨੀ ਸਕੈਲਟਨ ਪੁਲਿਸ ਸਾ ਉਹਦੇ ਜਿੰਨਾ ਕੰਮ ਕਰ ਰਹੀ ਉਹ ਹੀ ਬਹੁਤ ਐ ਚੱਕ ਕੇ ਪੁਲਿਸ ਦਾ ਦਿੱਤੀ ਹੋਈ ਕੇਜਰੀਵਾਲ ਨੂੰ ਉਹਨੂੰ ਇੱਕ ਬਟੈਲੀਅਨ ਦਿੱਤੀ ਹੋਈ ਐ ਕਈ ਬਟੈਲੀਅਨਾਂ ਹੋਰਾਂ ਨੂੰ ਸੰਭੀਆਂ ਹੋਈਆਂ ਸਵਾਲ ਐ ਕਿ ਵੇਅਰ ਇਜ਼ ਦੀ ਇੰਟੈਲੀਜੈਂਸ ਆਫ ਪੁਲਿਸ ਤਨੂੰ ਪਤਾ ਹੈ ਕਿ 20 ਦਾ ਮਾਮਲਾ ਹੈ ਦੋ ਗਰੁੱਪ ਪੈ ਦੋਨੇ ਪੋਲੀਟਿਕਲ ਗਰੁੱਪ ਹੈ ਤੋਂ ਲੜਾਈ ਦਾ ਪਤਾ ਇਹਨਾਂ ਦੇ ਵੈਪਨ ਕਿਉਂ ਨਹੀਂ ਲੈ ਗਏ ਵੈਪਨ ਅੰਦਰ ਵੀ ਗਏ ਹੋਣਗੇ ਕੋਰਟ ਕੰਪਲੈਕਸ ਅੱਜ ਨਹੀਂ ਆ ਕੋਰਟ ਕੰਪਲੈਕਸ ਨਹੀਂ ਗਿਆ ਜਿਹੜੇ ਬੰਦੇ ਨੇ ਫਾਇਰਿੰਗ ਕੀਤੀ ਹੈ ਉਹ ਇੱਧਰ ਭੱਜ ਕੇ ਗਿਆ ਤੇ ਜਿਹੜੇ ਬੰਦੇ ਨੂੰ ਕੁੱਟ ਰੇ ਸੀ ਬੁਰੀ ਤਰ੍ਹਾਂ ਜਿਹਦੇ ਕਿਰਚ ਮਾਰਨ ਲੱਗੇ ਸੀ ਉਹ ਮੋਸਟ ਲਾਈਕਲੀ ਇੱਧਰ ਭੱਜ ਕੇ ਗਿਆ ਐਂਡ ਇੱਥੇ ਉਸ ਜਗ੍ਹਾ ਦੇ ਉੱਤੇ ਉਹਨੂੰ ਫੜ ਕੇ ਲਗਾਤਾਰ 15 ਮਿੰਟ ਦਾ ਰੌਲਾ ਪੈ ਰਿਹਾ ਸੀ ਤੇ ਜਦ ਗੋਲੀ ਚੱਲੀ ਹੈ ਫਿਰ ਇੱਕ ਪੁਲਿਸ ਆਫੀਸ਼ਰ ਇੱਥੋਂ ਆਏ ਆ ਕਿੰਨੀ ਦੇਰ ਬਾਅਦ ਆ 10 ਸੈਕਿੰਡਸ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਜਿਹੜੀ ਨਾ ਕੋਰਟ ਕੰਪਲੈਕਸ ਨਾ ਇਹ ਗੇਟਦਾਰ ਨਹੀਂ ਬਣਦਾ ਇਹ ਗੇਟ ਨੂੰ ਬਲਾਕੇਜ ਹੀ ਕਰਨਾ ਬਿਹਤਰ ਹੈ ਜਿਸ ਤਰ੍ਹਾਂ ਹਾਈ ਕੋਰਟ ਚ ਸਟ੍ਰਿਕਨੈਸ ਹੈ ਨਾ ਉਸ ਤਰ੍ਹਾਂ ਦੀ ਸਟ੍ਰਿਕਨੈਸ ਚਾਹੀਦੀ ਆ ਔਰ ਇੱਕ ਬੰਦੇ ਤਰੀਕ ਹੁੰਦੀ ਆ 20-20 ਬੰਦੇ ਨੌਜਵਾਨ ਨਾਲ ਆ ਜਾਂਦੇ ਆ ਹੁਣ ਨੌਜਵਾਨਾਂ ਦੀ ਜਿਹੜੀ ਵੀ ਆਉਂਦੇ ਆ ਉਹਨਾਂ ਦੀ ਤਲਾਸ਼ੀ ਤਾਂ ਹੁੰਦੀ ਨਹੀਂ ਆ ਤਲਾਸ਼ੀ ਤਾਂ ਹੁੰਦੀ ਨਹੀਂ ਆ ਪਤਾ ਨਹੀਂ ਕਿਹੜਾ ਬੰਦਾ ਕਿਹੜੇ ਰੂਮ ਵਿੱਚ ਕਿਹੜੇ ਬਾਥਰੂਮ ਵਿੱਚ ਜਿਵੇਂ ਪਿੱਛੇ ਵਾਲੀ ਵਾਰ ਇਨਸੀਡੈਂਟ ਹੋਇਆ ਉਹਦੇ ਚ ਢਾਗੇ ਸੀ ਬਾਥਰੂਮ ਚ ਬੰਬ ਢਾਗੇ ਸੀਗਾ ਔਰ ਇਸੇ ਤਰ੍ਹਾਂ ਇੱਥੇ ਜਿਹੜੀਆਂ ਗੈਂਗਸਟਰ ਚੱਲ ਰਹੀ ਆ ਵਾਰ ਚੱਲ ਰਹੀ ਆ ਮੇਰੇ ਆਉਣ ਵਾਲੇ ਵਕਤ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਮੇਰੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਹੈ ਔਰ ਜਿਸ ਤਰ੍ਹਾਂ ਹਾਈ ਕੋਰਟ ਚ ਸਟ੍ਰਿਕਨੈਸ ਹੈ ਉਸ ਤਰ੍ਹਾਂ ਸਟ੍ਰਿਕਨੈਸ ਚਾਹੀਦੀ ਆ ਤੇ ਪੁਲਿਸ ਦੀ ਸੁਰੱਖਿਆ ਹੋਣੀ ਚਾਹੀਦੀ ਸੀ ਬਿਲਕੁਲ ਜੇ ਦੇਖੋ ਜੇ ਜੇ ਤੇ ਰਾਏ ਆ ਜੇ ਇਹ ਰਾਏ ਆ ਐਂਟਰਸ ਹੈਗੀਆਂ ਤਾਂ ਜ਼ਰੂਰੀ ਚਾਹੀਦਾ ਸੀ ਇਹ ਇਹ ਜੇ ਐਂਟਰਸ ਰੱਖੀ ਤੇ ਇੱਥੇ ਪੁਲਿਸ ਪ੍ਰਸ਼ਾਸਨ ਦਾ ਕਿਉਂ ਨਹੀਂ ਵੀ ਇੱਥੇ ਹੈਗਾ ਉਹ ਡਿਪਿਊਟ ਕਰਨਾ ਚਾਹੀਦਾ ਇਹਨੂੰ ਕਿਸੇ ਨਾ ਕਿਸੇ ਅਫੀਸ਼ਰ ਨੂੰ ਕੈਮਰਾਮੈਨ ਗੁਰਦੇਵ ਦੇ ਨਾਲ ਨਵੀਨ ਸ਼ਰਮਾ ਪੀਟੀਸੀ న్యూਸ ਲੁਧ